ਵਾਸ਼ਰੂਮ ਹੋ ਗਿਆ ਨਾ ਮੁਕੰਮਲ, ਚਾਰ ਵਾਸ਼ਰੂਮ ਟੋਟਲ, ਚਾਰਾਂ ਰੂਮ ਮੁਕੰਮਲ ਹੋ ਗਏ ਨਾ। ਇਹ ਕਮਰਾ ਰਹਿ ਗਿਆ ਸਿਰਫ ਥੱਲੇ ਲਾਉਣ ਵਾਲੀ ਰਹਿ ਗਈ ਹੈ, ਥੱਲੇ ਜਿਹੜੀਆਂ ਇਹਦੇ ਵਾਸਤੇ ਰਹੀ ਸੀ ਇਹਦੀ ਕਾਲਜ ਦੀ। ਇੱਕ ਦੋ ਵਾਸ਼ਰੂਮ ਹੋ ਜਾਂਦਾ ਸੀ, ਬਾਰਿਸ਼ ਦੀ ਵਜ੍ਹਾ ਨਾਲ ਪਾਣੀ ਆ ਜਾਂਦਾ ਸੀ, ਸੈਂਟਰ 'ਚ ਰੀਤ ਨਹੀਂ ਲਿਆ ਪਾਏ, ਲਿਆਉਂਦੀ ਮੈਂ ਸ਼ਾਮ ਲਿਆਉਂਦੀ। ਹੁਣ ਫਿਰ ਜਿਹੜਾ ਰੀਤ ਆ ਗਈ ਹੈ, ਮਿਸਤਰੀ ਆ ਗਿਆ, ਮੈਂ ਹੁਣ ਥੱਲੇ ਟਾਇਰ ਲਾਉਣੀ ਹੈ, ਥੱਲੇ ਦਾ ਮਾਹੌਲ ਲਾ ਕੇ ਤੁਹਾਨੂੰ ਬਣਾ ਲਿਆ। ਤੁਸੀਂ ਆਪਸ ਦੀ ਗੱਲ ਹੋ ਗਿਆ, ਦਰਵਾ ਦਾ ਟੈਲ ਦਾ ਕੀ ਮੈਜਿਕ ਹੋ ਰਿਹਾ ਯਾਰ, ਐਂਡ ਦਾ ਕਮਾਲ ਹੈ। ਆਸਤਾ ਕਰ, ਆਸਤਾ ਕਰ, ਬੈਜ ਲਿਆ ਅਤੇ ਅਜਵਾ ਨੇ ਬੈਜ ਲਿਆ ਅਤੇ ਗੱਡੀ ਚਲਾ ਲਿਆ ਅਤੇ ਨਾਲੇ ਝੰਡਾ ਲਵਾਇਆ, ਚੈੱਕ ਕਰਕੇ ਦੱਸੋ ਕਿਤਨਾ ਆਇਆ ਝੰਡਾ। ਅਤੇ ਭਾਅ ਦਾ ਜਿਹੜਾ ਨਿਆਣ ਲਿਆਂਦਾ ਝੰਡਾ ਝੰਡਾ ਲਵਾਇਆ, ਬੈਜ ਲਿਆ ਗੁਰ ਮੇਰਾ, ਕਹਾਂ ਨੇ ਭੱਜ ਲਿਆ ਦੇਖੋ ਭੱਜ ਪਏ ਭੱਜ ਪਏ। ਦਰਵਾਜ਼ੇ ਨਾਲ ਬਹੁਤ ਹੋ ਗਿਆ ਅਟੈਚ, ਬਕਾਇਦਾ ਦਰਵਾਜ਼ਾ ਜਿਹੜਾ ਬੰਦ ਕਰ ਦੇ, ਬੱਚੇ ਕਿਸ ਟਾਈਮ ਵੀ ਜਿਹੜਾ ਹਮਲਾ ਕਰ ਸਕਦੇ ਨੇ। ਟਾਈਮ ਮੇਰਾ ਰਾਤ ਦੇ 8 ਦਾ ਟਾਈਮ ਹੋ ਰਿਹਾ ਅਤੇ ਜਿਹੜਾ ਮੈਂ ਆਪਣੇ ਮੋਬਾਈਲ ਨਹੀਂ ਕਰ ਸਕਦਾ, ਬੰਦਾ ਮੈਨੂੰ ਲੱਭ ਨਹੀਂ ਰਿਹਾ। ਮੈਂ ਸਮਝਾ ਰਿਹਾ ਪਹਿਲੀ ਨੂੰ ਦੇਖਣ ਨਕਾ, ਅਤੇ ਜਿਹੜਾ ਪਿਛਲੇ ਵਲੋਗ 'ਚ ਦੇਖਿਆ ਸੀ ਮੈਨੂੰ ਸੱਪ ਨਜ਼ਰ ਆਇਆ ਸੀ, ਉਹ ਸੱਪ ਜਿਹੜਾ ਨਾ ਉਹ ਮੈਂ ਘਰ ਨਹੀਂ ਜਾ ਦੱਸ, ਮੈਂ ਕਿਹਾ ਸੱਪ ਲੱਭਿਆ, ਉਹਨੇ ਕਿਹਾ ਤੈਨੂੰ ਕਦੇ ਨਾ ਲੱਭਿਆ, ਬੜਿਆ ਜਿਹੜਾ ਲੱਭਿਆ, ਐਡਾ ਮੈਂ ਕਹਿ ਦੱਸਿਆ ਨਾ ਉਹਨਾਂ ਹੈ ਤੇਰੇ ਮਗਰ ਨਹੀਂ ਚੱਲਿਆ, ਅਤੇ ਲੋਕਾਂ ਨੇ ਮਗਰ ਚੜ੍ਹਦਾ ਸਹੀ ਹੈ। ਅਤੇ ਮੈਂ ਸ਼ੁਕਰ ਬਣਾਇਆ ਉਹਨਾਂ, ਤੇਰਾ ਸ਼ੁਕਰ ਮੇਰੇ ਮਗਰ ਨਹੀਂ ਚੜ੍ਹਦਾ। ਅਤੇ ਬਕਾਇਦਾ ਮੈਂ ਸਮਝਾ ਲਿਆ ਸਾਹਮਣੇ ਆਪਣੇ ਖੇਤ 'ਚ ਪੁੱਜ ਗਿਆ, ਸੱਪ ਮੈਨੂੰ ਇੱਥੇ ਨਜ਼ਰ ਆਇਆ ਸੀ, ਅਤੇ ਮੈਂ ਇਸ ਟਾਈਮ ਫੁੱਲ ਡਰ ਲੱਗਦਾ ਪਿਆ ਕਿਉਂਕਿ ਮੈਂ ਅੱਗੇ ਜਿਹੜਾ ਨਾ ਮੈਨੂੰ ਕਹਿੰਦਾ ਰਾਤੀ 10 ਵਜੇ ਵੀ 11 12 ਜਾਂ ਸਮਝ ਗੱਲ ਹੁੰਦੀ, ਹੁਣ ਡਰ ਲੱਗਦਾ ਪਿਆ ਕਿਉਂਕਿ ਮੈਂ ਕੱਲ੍ਹ ਸੱਪ ਜੀ ਦੇਖਿਆ, ਪਹਿਲਾਂ ਆਪਾਂ ਖਿਆਲ ਕਰੇਗਾ ਯਾਰਾ ਸੁਣਿਆ ਗਰਮ ਕਰੀਆਂ ਆਪਣਾ। ਅਬੀ ਜੀ ਇਹ ਸਾਹਮਣੇ ਸਾਡੀ ਮੋਟਰ ਹੈ ਇੱਥੇ, ਉੱਥੋਂ ਇਹ ਨੱਕਾ ਜਿਹੜਾ ਖੁੱਲ੍ਹਾ ਪਿਆ ਆਪਣੇ ਖੇਤ ਨੂੰ, ਇਹ ਖੇਤ ਆਪਣੇ ਪਾਣੀ ਲੱਗ ਕੇ 2.5 ਕਨਾਲ ਹੈ, ਮਤਲਬ ਖੇਤ ਮਤਲਬ ਕਿ 2.5 ਕਨਾਲ ਲੱਖ ਮੈਂ ਖਾਤਾ ਮੈਂ ਜੋ ਵੀ ਕਹਿ ਰਿਹਾ ਯਾਰ ਆਪਣੀ ਜ਼ਬਾਨ ਦੀ ਖੱਤਾ, ਉਸ ਤੋਂ ਇਲਾਵਾ ਨਾਲ ਹੀ ਤਾਏ ਦਾ, ਤਾਏ ਨੇ ਵੀ ਪਾਣੀ ਲਾਉਣਾ ਅਤੇ ਉਹ ਅਸੀਂ ਆਰਦਾਨੀ ਨਹੀਂ, ਉਹ ਅਸੀਂ ਆਪਣੇ ਇੱਕ ਨੁੱਕਰੇ ਖੋਲ੍ਹ ਕੇ ਤਾਏ ਵਾਲੀ 'ਚ ਕਰਨਾ, ਆਪਣੇ ਨਾਲ ਭਰੋ ਗਿਆ ਤਾਏ ਦਾ ਵੀ ਇੱਕ ਦੋ ਨੁੱਕਰੇ ਭਰੋ ਗਏ, ਬਕਾਇਆ ਥੋੜ੍ਹਾ ਜਿਹਾ ਰਹਿ ਗਿਆ, ਬਕਾਇਆ ਦੇਖ ਲਿਆ ਹੁਣ ਚੱਲੀਏ ਪਿੰਡ ਨੂੰ, ਅਤੇ ਜਿਹੜਾ ਨਾ ਮੈਨੂੰ ਅੱਖਾਂ 'ਚ ਫਲੈਸ਼ ਪੈ ਰਿਹਾ ਨਜ਼ਰ ਨਹੀਂ ਆ ਰਿਹਾ ਕੁਛ, ਉਹ ਬੰਨਾ ਉਹ ਮੇਰੇ ਦਿਲ 'ਚ ਡਰ ਫੁੱਲ ਜਿਹੜਾ ਚੁਕੰਨਾ ਇਸ ਟਾਈਮ, ਕਿਉਂਕਿ ਆਉਂ ਮੈਂ ਅੱਗੇ ਆਇਆ ਅਤੇ ਮੈਨੂੰ ਐਡੀ ਕੋਈ ਟੈਨਸ਼ਨ ਨਹੀਂ, ਹੁਣ ਟੈਨਸ਼ਨ ਬਹੁਤ ਆ ਕਿਉਂਕਿ ਮੈਂ ਖਾਣਾ ਦੇਖਿਆ ਡਾ ਮੋਟਾ, ਅਤੇ ਆਇਆ ਯਾਰ ਅੱਡਾ ਪਾ ਆਪਣਾ ਕਰਮ ਕਰੇਗਾ ਤਾਏ ਦਾ ਖੇਤ ਬਣਾਉਣਾ, ਇਹ ਖੇਤ ਹੈ ਸਾਡਾ, ਇਹ ਤਾਏ ਦਾ ਉੱਥੇ ਨੁੱਕਰੇ ਖੋਲ੍ਹੇ ਦਾ, ਉੱਧਰੋਂ ਉੱਧਰ ਹੋ ਗਏ ਦਾ ਇਹ ਸੈਡ ਆ ਗਈ ਆ, ਇੱਧਰ ਵੀ ਸਾਹਮਣੇ ਵੀ ਟੂ ਟੂ ਮੋਟਰ ਚੱਲ ਰਹੀ ਹੈ, ਉਹ ਸਾਹਮਣੇ ਸਾਡੀ ਚੱਲੀ ਗਈ ਹੈ, ਕਹਿੰਦਾ ਸ਼ੋਰ ਹੁੰਦਾ ਨਾ ਖੋਲ ਜਾਣ, ਇੱਕ ਡਰ ਲੱਗਦਾ ਵੀ ਪਤਾ ਨਹੀਂ ਬਸ ਕੁਛ ਚੀਜ਼ ਦਾ ਕੋਈ ਕਹਿ ਲਵਾ ਆਪਣਾ ਕਰਮ ਕਰੇ, ਇੱਥੇ ਤੱਕ ਪਾਣੀ ਇਹਨਾਂ ਨੂੰ ਪਹੁੰਚਿਆ ਗਿਆ।
ਕੱਲ ਜਦੋਂ ਮੈਂ ਘਰ ਜਾ ਗੱਲ ਕੀਤੀ ਮੈਨੂੰ ਐਸਾ ਸੁਪਨਾ ਫਿਰ ਆਇਆ ਇਹ ਸਾਈਜ਼ ਦਾ ਸੀ ਉਹਨੇ ਮੈਨੂੰ ਪਹਿਲਾਂ ਪੁੱਛਿਆ ਵੀ ਤੇਰਾ ਮਰਦ ਨਹੀਂ ਚੜਿਆ ਮੈਂ ਮੇਰੇ ਮਗਾਣੀ ਚੜਿਆ ਮੈਂ ਸ਼ੁਕਰ ਆ ਨਹੀਂ ਤੇ ਚੜਿਆ ਉਹ ਤੇਰੇ ਨੂੰ ਲੱਭਾ ਉਹ ਇਕੱਲੇ ਨੂੰ ਲੱਭਾ ਉਹ ਦੋ ਤਿੰਨਾਂ ਜਣਿਆਂ ਨੂੰ ਹੋਰ ਜਿਹਾ ਲੱਭਾ ਇੱਕ ਜਣੇ ਨੂੰ ਤੂੰ ਲੱਭਿਆ ਸਾਡੇ ਕੋਲ ਪਾਣੀ ਦੇ ਦਾ ਉਹਨੇ ਅਤੇ ਉਹ ਕਿਤੇ ਆ ਰਿਹਾ ਤੀ ਉਹਦੇ ਮਗਰ ਚੜ ਗਿਆ ਉਹ ਜੁੱਤੀ ਛੁੱਤੀ ਲਾ ਕੇ ਨੱਠ ਗਿਆ ਉਹ ਨਹੀਂ ਬੜਿਆ ਮੁੜ ਕੇ ਉਹਨੂੰ ਆਖਣਾ ਪਾਣੀ ਦੇ ਹਾਂ ਕਹਿੰਦਾ ਜਾਊ ਤੂੰ ਮੈਂ ਨਹੀਂ ਲਾਉਣਾ ਪਾਣੀ ਬਕਾਇਦਾ ਮੈਂ ਕਿੱਧਰ ਡਿੱਗੀ ਕਹਿੰਦਾ ਬਣਿਆ ਅਤੇ ਬਕਾਇਦਾ ਜਿਹੜਾ ਨਾ ਮੈਂ ਜਿਹੜਾ ਮੈਂ ਵੀ ਥਰੈਡ ਹੋ ਗਿਆ ਉਸ ਤੋਂ ਬਾਅਦ ਮੈਂ ਵੀ ਅੱਜ ਹੁਣ ਹੀ ਹਾਂ ਅਤੇ ਹੁਣ ਰਾਤ ਹੁੰਜ ਡਰ ਲੱਗਦਾ ਪਿਆ ਬਕਾਇਦਾ ਅੱਜ ਦੀ ਵੀਡੀਓ ਸਾਡੀ ਆਈ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਡੇ ਚੈਨਲ ਨਿਊ ਸਾਡੇ ਚੈਨਲ ਸਬਸਕ੍ਰਾਈਬ ਬੈਲ ਲਾਈਕ ਬਟਨ ਪ੍ਰੈਸ ਕਰਨਾ ਹਰ ਜੇ ਮਿਲਦਾ ਨੈਕਸਟ ਵੀਡੀਓ ਮੈਂ ਇੱਥੋਂ ਸ਼ੁਰੂ ਹੋਇਆ ਤੂੰ ਸ਼ੁਰੂ ਹੋਇਆ ਤੂੰ ਸ਼ੁਰੂ ਹੋਇਆ ਤਕਰੀਬਨ ਸਾਡੇ ਸਾਡਾ ਪਿੰਡ ਹੈ ਅਤੇ ਰਾਤ ਕੁਛ ਹੈ ਮਾਹੌਲ ਸਾਡੇ ਪਿੰਡ ਦਾ ਦੁਕਾਨਾਂ ਨੇ ਇਹਦਾ ਮਾਰਕੀਟ ਵਾਲਾ ਪਾਸਾ ਨਹੀਂ ਹੈ ਮਾਰਕੀਟ ਵਾਲਾ ਪਾਸਾ ਉੱਧਰ ਹੈ ਇਹਦੇ ਵੈਸੇ ਸਰਸੀ ਦੌੜਦੇ ਮੈਂ ਸਾਡੇ ਸ਼ੁਰੂ ਹੋਏ ਤਾਂ ਬਕਾਇਆ ਮਾਰਕੀਟ ਅੱਗੇ ਸ਼ੁਰੂ ਹੁੰਦੀ ਹੈ ਬਹੁਤ ਉੱਧਰ ਬੜਾ ਤਕੜਾ ਮਾਹੌਲ ਬਣ ਜਾਂਦਾ ਇਸ ਟਾਈਮ ਨੂੰ ਮੈਂ ਮਾਰਕੀਟ 'ਚ ਆ ਗਿਆ ਮਾਰਕੀਟ ਦਾ ਥੋੜ੍ਹਾ ਜਿਹਾ ਅਹਿਮ ਮਾਹੌਲ ਹੈ ਸਾਡੇ ਅਤੇ ਇਹ ਜਿਹੜਾ ਬੱਸ ਆ ਰਹੀ ਹੈ ਕਿ ਨਾ ਤਕਰੀਬਨ 9 ਆਹ ਟਾਈਮ ਤਕਰੀਬਨ ਆਹ ਟਾਈਮ ਘੰਟੇ ਤੋਂ ਬਾਅਦ ਬੱਸ ਗੱਡੀ ਆਉਂਦੀ ਹੈ 8 ਵਜੇ 6 ਵਜੇ 7 ਵਜੇ ਸੁਬਾਹ 9 8 4 ਮੈਂ ਵੀ ਮੋਸਟਲੀ ਵੀ ਟਾਈਮ ਜਾਂਦੇ ਨੇ ਬਕਾਇਆ ਇਹ ਕਿ ਨਾ ਆਪਣੀ ਪੰਪ ਹੈ ਦੁਕਾਨਾਂ ਦੁਕਾਨਾਂ ਜਿਹੜੀਆਂ ਸਾਰੀ ਮਾਰਕੀਟ ਹੈ ਬਸ ਵਧੀਆ ਹੋਊਗਾ ਅਤੇ ਮਾਰਕੀਟ ਦੇ ਵਧੀਆ ਹੈਗੀ